ਪਹੁੰਚਣ ਤੇ ਲਈ ਸਵਾਗਤ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਡੇ ਲਿੱਕੇ ਜੇ ਸੱਦੇ ਤੇ ਉੱਤੇ ਪ੍ਰਿੰਟ মিডিਆ ਤੋਂ ਇਲੈਕਟ੍ਰੋਨਿਕ মিডিਆ ਤੋਂ ਸੋਸ਼ਲ ਮੀਡੀਆ ਤੋਂ ਕਵਰ ਕਰਨ ਦੇ ਲਈ ਪਹੁੰਚੇ ਹੋ ਸਭ ਦਾ ਸਵਾਗਤ ਆ ਮੇਰੇ ਨਾਲ ਖੱਬੇ ਪਾਸੇ ਨੀਲ ਗਰਗ ਜੀ ਚੇਅਰਮੈਨ ਅਧਿయోగ ਦੇ ਸੱਜੇ ਪਾਸੇ ਠਾਕੁਰ ਸਾਹਿਬ ਅਨਿਲ ਠਾਕੁਰ ਜੀ ਚੇਅਰਮੈਨ ਸਾਹਿਬਾਨ ਇਹ ਦੋਨੇ ਵਿਅਕਤੀ ਇੰਡਸਟਰੀ ਨਾਲ ਜੁੜੇ ਹੋਏ ਨੇ ਇਸ ਗੱਲ ਕਰਕੇ ਅੱਜ ਅਸੀਂ ਇਹਨਾਂ ਨੂੰ ਨਾਲ ਬਿਠਾਇਆ ਕਿ ਇਕਨੋਮੀ ਦੇ ਉੱਤੇ ਕੀ ਅਸਰ ਹੁੰਦਾ ਜੇਕਰ ਸਰਕਾਰਾਂ ਵਿਰੋਧੀ ਹੋ ਜਾਣ ਭਾਰਤੀ ਜਨਤਾ ਪਾਰਟੀ ਦਾ ਬੀਜੇਪੀ ਦਾ ਲੋਕ ਵਿਰੋਧੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਅੱਜ ਲੋਕਾਂ ਦੇ ਅੰਦਰ ਨੰਗਾ ਹੋਇਆਗਾ ਕਿ ਕਿਸ ਤਰ੍ਹਾਂ ਭਾਜਪੀ ਸੈਂਟਰ ਸਰਕਾਰ ਪੰਜਾਬ ਦੇ ਨਾਲ ਮਤਰੀ ਮਾਲਾ ਸਲੂਕ ਕਰ ਰਹੀ ਆ ਕਿਸ ਤਰ੍ਹਾਂ ਗਿਣ-ਗਿਣ ਕੇ ਪੰਜਾਬ ਤੋਂ ਪੰਜਾਬੀਆਂ ਤੋਂ ਪੰਜਾਬ ਦੇ ਕਿਸਾਨਾਂ ਤੋਂ ਬਦਲਾ ਲੈ ਰਹੀ ਆ ਬਦਲਾਖੋਰੀ ਦੀ ਭਾਵਨਾ ਦੇ ਨਾਲ ਪੰਜਾਬ ਨੂੰ ਬਰਬਾਦ ਕਰਨ ਦੇ ਇਰਾਦੇ ਦੇ ਨਾਲ ਪੰਜਾਬ ਦੀ ਇਕਨੋਮੀ ਨੂੰ ਤਬਾਹ ਕਰਨ ਦੇ ਇਰਾਦੇ ਦੇ ਨਾਲ ਅੱਜ ਕੇਂਦਰ ਸਰਕਾਰ ਪੰਜਾਬ ਦੇ ਉੱਤੇ ਬਾਹਰ ਕਰ ਰਹੀ ਆ ਅੱਜ ਬੀਜੇਪੀ ਦੀ ਸਰਕਾਰ ਅੱਜ ਬੀਜੇਪੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅਰਥਚਾਰੇ ਨੂੰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੀਆਂ ਮੰਡੀਆਂ ਨੂੰ ਤਬਾਹ ਕਰਨ ਦੇ ਤਤਲੀ ਹੋਈ ਆ ਦੇਸ਼ ਦਾ ਬੱਚਾ ਬੱਚਾ ਜਾਣਦਾ ਦੇਸ਼ ਦਾ ਬੱਚਾ ਬੱਚਾ ਜਾਣਦਾ ਕਿ ਜਦੋਂ ਤਿੰਨ ਕਾਲੇ ਕਾਨੂੰਨ ਤਿੰਨ ਬਲੈਕ ਲਾਸ ਬੀਜੇਪੀ ਸੈਂਟਰ ਸਰਕਾਰ ਜਿਹੜੀ ਆ ਉਹ ਲੈ ਕੇ ਆਈ ਸੀ ਤਾਂ ਪੰਜਾਬ ਦੇ ਹਰ ਇੱਕ ਨਾਗਰਿਕ ਨੇ ਪੰਜਾਬ ਦੇ ਹਰ ਇੱਕ ਵਸਿੰਦੇ ਨੇ ਉਹਨਾਂ ਤਿੰਨਾਂ ਕਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ ਸੀ ਚਾਹ ਸਿੰਗੂ ਦਾ ਬਾਰਡਰ ਹੋਵੇ ਚਾਹ ਟਿੱਕਰੀ ਦਾ ਬਾਰਡਰ ਹੋਵੇ ਜਾ ਗਾਜ਼ੀਪੁਰ ਦਾ ਬਾਰਡਰ ਹੋਵੇ ਸਾਰੇ ਬਾਰਡਰਾਂ ਦੇ ਉੱਤੇ ਦਿੱਲੀ ਦੇ ਉੱਤੇ ਪੰਜਾਬ ਦੇ ਕਿਸਾਨਾਂ ਨੇ ਮੋਰੀ ਲੀਡ ਕੀਤੀ ਸੀਗੀ ਪੰਜਾਬ ਦੇ ਕਿਸਾਨ ਨੇ ਮੋਰੀ ਰੋਲ ਅਦਾ ਕੀਤਾ ਸੀਗਾ ਔਰ ਦੇਸ਼ ਦਾ ਕਿਸਾਨ ਪੂਰੇ ਦੇਸ਼ ਦਾ ਕਿਸਾਨ ਚਾਹ ਬਿਹਾਰ ਤੋਂ ਸੀ ਚਾਹ ਬੰਗਾਲ ਤੋਂ ਸੀ ਚਾਹ ਉਪੀ ਤੋਂ ਸੀ ਚਾਹ ਹਰਿਆਣਾ ਤੋਂ ਸੀਗਾ ਸਾਰੇ ਨੇ ਆ ਕੇ ਉਸ ਸੰਘਰਸ਼ ਦੇ ਦੀਨ ਹਿੱਸਾ ਪਾਇਆ ਸੀਗਾ ਔਰ ਉਸ ਸੰਘਰਸ਼ ਇਹਨਾਂ ਤਿੱਖਾ ਸੰਘਰਸ਼ ਸੀਗਾ ਇਦੇ ਵਿੱਚ ਸਮੂਹ ਪੰਜਾਬੀ ਸ਼ਾਮਲ ਸੀਗੇ ਸਾਰੇ ਵਰਗਾਂ ਨੇ ਸਾਰੇ ਫਿਰਕਿਆਂ ਨੇ ਪੰਜਾਬ ਦੇ ਕਿਸਾਨ ਦਾ ਦੇਸ਼ ਦੇ ਕਿਸਾਨ ਦਾ ਧਰਮਾ ਸਾਹ ਦਿੱਤਾ ਸੀ ਉਹ ਸਾਡਾ ਤਿੱਖਾ ਤੇ ਤਕੜਾ ਸੰਘਰਸ਼ ਸੀਗਾ ਜਿਨੇ ਬੀਜੇਪੀ ਦਾ ਬੀਜੇਪੀ ਨੂੰ ਮੂੰਹ ਤੋੜ ਜਵਾਬ ਦਿੱਤਾ ਸੀਗਾ ਔਰ ਬੀਜੇਪੀ ਨੂੰ ਮੂੰਹ ਦੀ ਖਾਣੀ ਪਈ ਸੀਗੀ ਔਰ ਬੀਜੇਪੀ ਨੇ ਆਂਦੇ ਵਿੱਚ ਤਿੰਨੇ ਕਾਨੂੰਨ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਵਾਪਸ ਲਏ ਸੀਗੇ ਇਹ ਪੂਰਾ ਪਰਤਾਖਾ ਇਹ ਪੂਰਾ ਪ੍ਰਣਾਮ ਆ ਪੂਰਾ ਦੇਸ਼ ਜਾਣਦਾਗਾ ਕਿ ਭਾਜਪੀ ਨੇ ਕਿਸਾਨਾਂ ਦੇ ਸਾਹਮਣੇ ਗੋਡੇ ਟੇਕੇ ਸੀਗੇ ਸਰੈਂਡਰ ਕੀਤਾ ਸੀ ਆਪਦੇ ਆਪ ਨੂੰ ਕਿ ਅਸੀਂ ਗਲਤ ਕਾਨੂੰਨ ਬਣਾ ਬੈਠੇ ਸੀ ਵਾਪਸ ਲੈਣੇ ਆਗੇ ਉਹ ਸੰਘਰਸ਼ ਦੀ ਗਾਥਾ ਕੀ ਉਹ ਸੰਘਰਸ਼ ਦਾ ਇੱਕ ਵੱਡਾ ਪਹਿਲੂ ਆ ਕਿ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਿਸਾਨਾਂ ਨੇ ਕੁਰਬਾਨੀਆਂ ਦਿੱਤੀਆਂ ਉਥੇ ਪੰਜਾਬ ਨੇ ਕੁਰਬਾਨੀਆਂ ਦੇਣ ਦੇ ਅੰਦਰ ਸ਼ਹਾਦਤਾਂ ਪਾਉਣ ਦੇ ਅੰਦਰ ਸਭ ਤੋਂ ਮੋਹਰੀ ਰੋਲ ਅਦਾ ਕੀਤਾ ਉਸ ਪੂਰੇ ਲੰਬੇ ਅਰਸੇ ਦੌਰਾਨ ਜਿਹੜਾ ਕੋਹਲ ਚੱਲਿਆ ਜਿਹੜਾ ਸੰਘਰਸ਼ ਚੱਲਿਆ ਤਿੰਨ ਕਾਲੇ ਕਾਨੂੰਨ ਦੇ ਖਿਲਾਫ ਲਗਭਗ 700 ਤੋਂ ਉੱਪਰ ਕਿਸਾਨ ਜਿਵੇਂ ਕਹਾ ਤਾਂ ਪੰਜਾਬ ਦਾ ਸ਼ਹਾਦਤ ਦਾ ਜਾਨ ਪੀ ਗਿਆ ਕਿਦੇ ਕਰਕੇ ਪੰਜਾਬ ਦਾ 700 ਤੋਂ ਉੱਪਰ ਕਿਸਾਨ ਕਿਦੇ ਕਰਕੇ ਜਾਨ ਪੀ ਸ਼ਹਾਦਤ ਦਾ ਜਾਨ ਪੀ ਗਿਆ ਭਾਜਪਾ ਦੇ ਕਰਕੇ ਭਾਰਤੀ ਜਨਤਾ ਪਾਰਟੀ ਦੇ ਕਰਕੇ ਔਰ ਉਸ ਸਮੇਂ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਲਗਾਤਾਰ ਪੰਜਾਬ ਦੇ ਨਾਲ ਬਿਤਕਰਾ ਕਰਨ ਲੱਗੀ ਪੰਜਾਬ ਨੂੰ ਮਤਰਈ ਮਾਲਾ ਸਲੂਕ ਕਰਨ ਦੇ ਲੱਗੀ ਲਗਾਤਾਰ ਸਾਡਾ ਕਦੇ ਕਿਸੇ ਹੱਟ ਦਾ ਪੈਸਾ ਕਦੇ ਕਿਸੇ ਹੱਟ ਦਾ ਪੈਸਾ ਜਿਹੜੇ ਰਾਈਟ ਜਿਹੜੇ ਅਧਿਕਾਰ ਸਟੇਟ ਦੇ ਬਣਦੇ ਨੇਗੇ ਉਹਨਾਂ ਨੂੰ ਰੋਕਣ ਦਾ ਯਤਨ ਬੀਜੇਪੀ ਨੇ ਲਗਾਤਾਰ ਕੀਤਾ ਲੰਬੇ ਅਰਸੇ ਤੋਂ ਇਸ ਕੰਮ ਦੇ ਵਿੱਚ ਬੀਜੇਪੀ ਲੱਗੀ ਹੋਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਨੂੰ ਆਰਥਿਕ ਤੌਰ ਤੇ ਬਰਬਾਦ ਕੀਤਾ ਜਾਵੇ ਪੰਜਾਬ ਦੀ ਇਕਨੋਮਿਕਸ ਵਿਗਾੜੀ ਜਾਵੇ ਪੰਜਾਬ ਦੇ ਸਿਸਟਮ ਨੂੰ ਤਬਾਹ ਕੀਤਾ ਜਾਵੇ ਪੰਜਾਬ ਦੇ ਕਿਸਾਨ ਨੂੰ ਤਬਾਹ ਕੀਤਾ ਜਾਵੇ ਔਰ ਕੋਈ ਨਾ ਕੋਈ ਬਹਾਨਾ ਹਰ ਸਮੇਂ ਬੀਜੇਪੀ ਸਰਕਾਰ ਲੱਭਦੀ ਰਹਿੰਦੀ ਹੈਗੀ ਮੈਂ ਜਿਹੜੀ ਗੱਲ ਬੇਸੀ ਗੱਲ ਆ ਕੱਲ ਕੋ ਸੱਜਣਾ ਦੇ ਕੋ ਸਾਥੀਆਂ ਨੇ ਪੁੱਛਿਆ ਸੀਗਾ ਮੀਡੀਆ ਦੇ ਕਰਮੀਆਂ ਨੇ ਪੁੱਛਿਆ ਸੀਗਾ ਕਿ ਨੁਰਾਗ ਠਾਕੁਰ ਜੀ ਚੈਲੰਜ ਕਰ ਰਹੇ ਨੇਗੇ ਉਹ ਤਾਂ 24 ਘੰਟੇ ਪੂਰੇ ਨਹੀਂ ਹੋਏ ਕੱਲ ਹੀ ਆਰਡਰ ਆ ਗਿਆ ਸੀਗਾ ਕਿ ਆਰਡੀ ਆਫ ਦਾ ਪੈਸਾ ਸੈਂਟਰ ਸਰਕਾਰ ਨੇ ਰੋਕਿਆ ਹੋਇਆ ਹੈਗਾ ਸਾਥੀਆਂ ਨੇ ਪੁੱਛਿਆ ਸੀਗਾ ਤੁਹਾਡੇ ਸਾਥੀਆਂ ਨੇ ਪੁੱਛਿਆ ਸੀਗਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਕੀ ਬਤਕਰਾ ਕਰ ਰਹੀ ਹੈ ਜੀ ਕਿਹੜੇ ਪੈਸੇ ਰੋਕ ਕੇ ਨਗੇ ਜੀ ਅੱਜ ਬੜਾ ਸਪਸ਼ਟ ਹੋ ਗਿਆ ਕਿ ਪੰਜਾਬ ਦਾ ਪੰਜਾਬ ਦਾ ਲਗਭਗ ਅੱਜ 1000 ਕਰੋੜ ਰੁਪਏ ਦਾ ਨੁਕਸਾਨ ਭਾਜਪਾ ਨੇ ਕੀਤਾਗਾ ਭਾਰਤੀ ਜਨਤਾ ਪਾਰਟੀ ਨੇ ਕੀਤਾਗਾ ਆਰਡੀਐਫ ਦਾ ਪੈਸਾ ਆਰਡੀਐਫ ਦਾ ਪੈਸਾ ਉਹਦਾ ਕਾਲਮੇ ਹਟਾਤਾ ਉਹਦਾ ਕਾਲਮੇ ਹਟਾਤਾ ਚੱਕੀ ਦਿੱਤਾ ਕਿ ਅਸੀਂ ਕੰਸੀਡਰ ਨਹੀਂ ਕਰਾਂਗੇ ਜਿਸ ਪੈਸੇ ਬਾਰੇ ਪਹਿਲਾਂ ਕਹਿੰਦੇ ਸੀਗੇ ਜਿਸ ਪੈਸੇ ਬਾਰੇ ਪਹਿਲਾਂ ਕਹਿੰਦੇ ਸੀਗੇ ਕਿ ਤੁਸੀਂ ਇਹਦੀਆਂ ਇਹਦੇ ਤੇ ਆ ਪਾਬੰਦੀਆਂ ਲਾ ਦਿਓ ਅਸੀਂ ਪੈਸਾ ਦੇਵਾਂਗੇ ਅੱਜ ਆ ਤੁਹਾਡੇ ਸਾਹਮਣੇ ਆਗਾ ਕਿ ਆ ਉਹਦੇ ਵਿੱਚੋਂ ਆ ਪਾਰਟ ਦੇ ਵਿੱਚੋਂ ਬਿਲਕੁਲ ਆ ਡਾਕੂਮੈਂਟ ਆ ਇਹ ਸਾਡਾ ਨਹੀਂ ਗਵਰਨਮੈਂਟ ਆਫ ਇੰਡੀਆ ਦਾ ਡਾਕੂਮੈਂਟ ਆ ਇਹਦੇ ਵਿੱਚੋਂ ਉਹ ਕਾਲਮ ਜਿਹੜਾ ਆਰ ਡੀ ਐਫ ਦਾ ਕਾਲਮ ਸੀਗਾ ਰਿਮੂਵ ਕਰਤਾ ਹਟਾ ਦਿੱਤਾ ਗਿਆ ਸਪਸ਼ਟ ਆਗਾ ਕਿਉਂਕਿ ਇਸ ਤੋਂ ਪਹਿਲਾਂ ਇੱਕ ਆਰਡਰ ਆਗਾ ਉਹਦੇ ਵਿੱਚ ਆਰਡੀਐਫ ਦਾ ਜ਼ਿਕਰ ਸੀਗਾ ਆਰਡੀਐਫ ਦਾ ਪੈਸਾ ਕੱਟਿਆ ਹੋਇਆ ਸੀਗਾ 2 ਸਾਲ ਪਹਿਲਾਂ ਦਾ ਪੈਸਾਗਾ ਜਾਰੀ ਕੀਤਾ ਹੋਇਆ ਸੀਗਾ ਔਰ ਲਾਸਟ ਈਅਰ ਜਦੋਂ ਤੁਸੀਂ ਕਹਿੰਦੇ ਕਿ ਸਾਡਾ ਪੈਸਾ ਦੇ ਦਿਓ ਉਹਦੇ ਚ ਕਾਲਮ ਰੱਖਿਆ ਸੀਗਾ ਪਰ ਉਹ ਖਾਲੀ ਸੀਗਾ ਯਾਨੀ ਪੈਸੇ ਦਿਖਾਏ ਨਹੀਂ ਸੀ ਕਿੰਨੇ ਪੈਸੇ ਸਟੇਟ ਦੇ ਬਣਦੇ ਨੇ ਕਹਿੰਦੇ ਦੇਵਾਂਗੇ ਪਹਿਲਾਂ ਤੁਸੀਂ ਆਪਦਾ ਆਰਡੀਐਫ ਦਾ 1% ਕਰ ਲਓ ਤਾਂ ਅਸੀਂ ਤੁਹਾਨੂੰ ਦੇਵਾਂਗੇ ਲਿਖਿਆ ਸੀ ਜਿਹੜਾ ਆਰਡੀਐਫ ਸੈਸ 3% ਐਮਐਸਪੀ ਐਮਐਸਪੀ ਦਾ 3% ਕਹਿੰਦੇ ਨੂੰ ਘਟਾਓ ਆ ਖਾਲੀ ਰੱਖਿਆ ਸੀ ਇਹਨਾਂ ਨੇ ਔਰ ਉਸ ਤੋਂ ਪਿਛਲੇ ਸਾਲ ਆਰਡੀਐਫ ਦੇ ਇਸੇ ਕਾਲਮ ਦੇ ਅੰਦਰ ਆਰਡੀਐਫ ਦੇ ਇਸੇ ਕਾਲਮ ਦੇ ਅੰਦਰ 3% ਦਿਖਾਇਆ 57.75 ਆ ਪੈਸੇ ਦਿਖਾਏ ਨੇ ਕਿ ਆ ਉਹੀ ਕਾਲਮ ਆ ਉਹੀ ਸੈਕਸ਼ਨ ਹੈਗਾ ਅਨੈਕਸਰ 1 ਆ ਜਿਹਦੇ ਤਹਿਤ ਬਿਲਕੁਲ ਹੁਣ ਕੱਲਾ ਐਮਐਸਪੀ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਆਰਡੀਐਫ ਦਾ ਕਿਤੇ ਵੀ ਜ਼ਿਕਰ ਨਹੀਂ ਹੈਗਾ ਇਸ ਦੇ ਅੰਦਰ ਸੋ ਇਥੋਂ ਪਤਾ ਲੱਗਦਾ ਹੈਗਾ ਕਿ ਬੀਜੇਪੀ ਜਿਹੜੀ ਆ ਉਹ ਪੰਜਾਬ ਵਿਰੋਧੀ ਆ ਕਿਸਾਨ ਵਿਰੋਧੀ ਆ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦਾ ਆਰਥਿਕਤਾ ਨੂੰ ਤੋੜਨਾ ਚਾਹੁੰਦੀ ਆ ਪਰ ਪੰਜਾਬ ਦੇ ਕਿਸਾਨ ਤੋਂ ਪੰਜਾਬੀਆਂ ਤੋਂ ਬਦਲਾ ਲੈਣਾ ਚਾਹੁੰਦੀ ਆ ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ ਜਿਹੜੇ ਹੁਣੇ-ਹੁਣੇ ਕਾਂਗਰਸ ਦਾ ਨਵਾਂ-ਨਵਾਂ ਸ਼ਿੰਗਾਰ ਬਣੇ ਨੇਗੇ ਜਿਹੜੇ ਥੋ ਲੋਕਲ ਇਲੈਕਸ਼ਨ ਲੜ ਰਹੇ ਨੇਗੇ ਕਿ ਉਹ ਭਾਜਪਾ ਨੂੰ ਪੁੱਛਣਗੇ ਇੱਥੇ ਦਾ ਕੈਂਡੀਡੇਟ ਭਾਜਪਾ ਨੂੰ ਪੁੱਛੂਗਾ ਕਿ ਸਾਡਾ ਪੰਜਾਬੀਆਂ ਦਾ ਪੈਸਾ ਕਿਉਂ ਰੋਕਿਆ ਸੁਨੀਲ ਜਾਖੜ ਜੀ ਪੁੱਛਣਗੇ ਜਿਹੜੇ ਕਹਿੰਦੇ ਹੁੰਦੇ ਸੀ ਮੈਂ ਕਿਸਾਨ ਦਾ ਪੁੱਤਾਂ ਉਹ ਪੁੱਛਣਗੇ ਸੈਂਟਰ ਸਰਕਾਰ ਨੂੰ ਕਿ ਸਾਡਾ ਪੈਸਾ ਕਿਉਂ ਰੋਕਿਆ ਅਸ਼ਵਨੀ ਕੁਮਾਰ ਜੀ ਕੈਪਟਨ ਅਮਿੰਦਰ ਸਿੰਘ ਪਤਾ ਨਹੀਂ ਤਮਾਮ ਜਿਹੜੇ ਹੁਣੇ-ਹੁਣੇ ਨਵੇਂ-ਨਵੇਂ ਜਿਹੜੇ ਹੈਗੇ ਨੇਗੇ ਭਾਜੀਪੀ ਦੇ ਲੀਡਰ ਬਣੇ ਜਿਹੜੇ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੀਗੇ ਕੀ ਉਹ ਪੁੱਛਣਗੇ ਸੈਂਟਰ ਸਰਕਾਰ ਤੋਂ ਕਿ ਉਹਨਾਂ ਦੀਆਂ ਲੱਤਾਂ 'ਚ ਇੰਨੀ ਜਾਨ ਹੈਗੀ ਆ ਕੀ ਉਹਨਾਂ 'ਚ ਦਮ ਹੈਗਾ ਪੰਜਾਬ ਨਾਲ ਖੜਨ ਦਾ ਉਹਨਾਂ ਵਿੱਚ ਕੋਈ दम ਨਹੀਂ ਪੰਜਾਬ ਨੇ ਖੜਨ ਦਾ ਉਹ ਬਿਲਕੁਲ ਹੀ ਕੁਝ ਸਕਦੇ ਕਿਉਂਕਿ ਉਹਨਾਂ ਨੇ ਸੈਂਡਰਾ ਕੀਤਾ ਆਪਣੇ ਆਪ ਨੂੰ ਬੀਜੇਪੀ ਦੇ ਅੰਦਰ ਅੱਜ ਬੀਜੇਪੀ ਦਾ ਇਹ ਲੋਕ ਵਿਰੋਧੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਕਿਸਾਨ ਵਿਰੋਧੀ ਚਿਹਰਾ ਲੋਕਾਂ 'ਚ ਲੰਗਾ ਹੋ ਗਿਆ ਕਿ ਜਿਹੜੇ ਸਾਡੇ ਬਣਦੇ ਪੈਸੇ ਨੇਗੇ ਉਹ ਨਹੀਂ ਦਿੱਤੇ ਜਾ ਰਹੇ ਔਰ ਦੂਜੇ ਪਾਸੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇਗੇ ਜਦੋਂ ਪੰਜਾਬ ਦੇ ਅੰਦਰ ਬੇਮੌਸਮੀ بارش ਹੋਈ ਜਦੋਂ ਬੇਮੌਸਮੀ ਮੀਂਹ ਪਏ ਝੱਖੜ ਆਇਆ ਹਨੇਰੀ ਚੁੱਲੀ ਤਾਂ ਸਭ ਤੋਂ ਪਹਿਲਾਂ ਗਰਦਾਬਰੀ ਕਰਾਉਣ ਦਾ ਹੁਕਮ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤਾ ਔਰ ਜਦੋਂ ਫਸਲ ਖੜੀ ਸੀਗੀ ਜਦੋਂ ਫਸਲ ਖੜੀ ਸੀ ਤਾਂ ਉਸੇ ਸਮੇਂ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਜਿਹੜੀ ਸੀਗੀ ਉਹ ਮਾਨਯੋਗ ਸੀਐਮ ਸਾਹਿਬ ਨੇ ਸ਼ੁਰੂ ਕੀਤੀ ਸੀਗੀ ਇਥੋਂ ਪਤਾ ਲੱਗਦਾਗਾ ਕਿ ਕਿਸਾਨ ਦਾ ਪੁੱਤ ਕੌਣ ਆ ਕਿਸਾਨ ਦਾ ਪੁੱਤ ਕੌਣ ਔਰ ਜਾਲੀ ਕਿਸਾਨ ਦੇ ਪੁੱਤ ਕੌਣ ਬੜੇ ਹੋਏ ਨੇ ਕਿ ਇਹ ਬੀਜੇਪੀ ਵਾਲਿਆਂ ਦਾ ਬੀਜੇਪੀ ਜਿਹੜੇ ਹੁਣੇ-ਹੁਣੇ ਗਏ ਨੇ ਸਾਰੇ ਜਾਲੀ ਨੇਗੇ ਪਰ ਲੇਕਿਨ ਦੂਜੇ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਨ੍ਹਾਂ ਦੀਆਂ ਰਗਾਂ ਦੇ ਅੰਦਰ ਕਿਸਾਨ ਦਾ ਖੂਨ ਦੌੜਦਾਗਾ ਜਿਹੜੇ ਹਮੇਸ਼ਾ ਕਿਸਾਨੀ ਨੂੰ ਮਜ਼ਦੂਰ ਨੂੰ ਪੰਜਾਬ ਦੇ ਮਜ਼ਦੂਰ ਨੂੰ ਅੱਗੇ ਲੈ ਕੇ ਜਾਣ ਲਈ ਤਤਪਰ ਨੇਗੇ ਅਨਾਉਂਸ ਕੀਤਾ ਸੀ ਮਈ ਦੀ ਹੜ ਦੇ ਉੱਤੇ ਕਿ 10% ਰਾਸ਼ੀ ਜੇਕਰ ਪਰਮਾਤਮਾ ਨਾ ਕਰੇ ਕੋਈ ਇਸ ਤਰ੍ਹਾਂ ਦੀ ਬੇਮੌਸਮੀ ਮਾਰਸ ਜਦੋਂ ਇਸ ਬੇਮੌਸਮਾ ਕੋਈ ਫਸਲ ਦੇ ਉੱਤੇ ਅਟੈਕ ਹੁੰਦਾਗਾ ਤਾਂ ਉਹਦੇ ਵਿੱਚ ਇੱਥੇ ਕਿਸਾਨ ਨੂੰ ਪੈਸੇ ਮਿਲਣਗੇ ਤਾਂ ਉੱਥੇ 10% ਜਿਹੜਾ ਮਜ਼ਦੂਰ ਨੂੰ ਮਿਲੂਗਾ ਸੋ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਦਾ ਦਰਦ ਰੱਖਣ ਵਾਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆ ਔਰ ਦੂਜੇ ਪਾਸੇ ਪੰਜਾਬ ਵਿਰੋਧੀ ਬੀਜੇਪੀ ਵਾਲੇ ਲਗੇ ਸੋ ਮੈਂ ਬੀਜੇਪੀ ਵਾਲਿਆਂ ਨੂੰ ਪੁੱਛਣਾ ਚਾਹਨਾਗਾ ਕਿ ਤੁਸੀਂ ਮੋਦੀ ਸਾਹਿਬ ਨਾਲ ਗੱਲ ਕਰੋਗੇ ਤੁਸੀਂ ਆਪਣੇ ਨੈਸ਼ਨਲ ਪ੍ਰੈਜ਼ੀਡੈਂਟ ਜੇਪੀ ਨੱਡਾ ਨਾਲ ਗੱਲ ਕਰੋਗੇ ਕੀ ਪੰਜਾਬ ਦਾ ਹੱਕੀ ਪੈਸਾ ਪੰਜਾਬ ਦਾ ਬਣਦਾ ਪੈਸਾ ਕਿਉਂ ਰੋਕਿਆ ਕਿਉਂਕਿ ਪੰਜਾਬ ਉਹ ਸੂਬਾਗਾ ਪੰਜਾਬ ਉਹ ਸਟੇਟ ਆ ਜਿਹਨੇ ਦੇਸ਼ ਦੇਸ਼ ਦੇ ਅੰਦਰ ਅਨਾਜ ਦੀ ਥੋੜੀ ਜਦੋਂ ਅਨਾਜ ਦੀ ਕਮੀ ਸੀ ਦੇਸ਼ ਦੇ ਅੰਦਰ ਤਾਂ ਸਭ ਤੋਂ ਵੱਡਾ ਰੋਲ ਜਿਹੜਾ ਸੀ ਉਹ ਪੰਜਾਬੀਆਂ ਨੇ ਅਦਾ ਕੀਤਾ ਪੰਜਾਬ ਨੇ ਜਿਹੜਾ ਹੈਗਾ ਉਹ ਪੈਸੇ ਸੌਰੀ ਖੇਤੀ ਦੇ ਅੰਦਰ ਹਰੀ ਕ੍ਰਾਂਤੀ ਲਿਆਂਦੀ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਲੋਕਾਂ ਦਾ ਅੰਨ ਢਿੱਡ ਭਰਿਆ ਪੰਜਾਬ ਦੇ ਅੰਨਾ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਅਜੋ ਦੇਸ਼ ਜਿਹੜਾ ਹੈਗਾ ਦੇਸ਼ ਦੇ ਵੱਖਰੇ ਦੂਸਰੇ ਸੂਬੇ ਜਿਹੜੇ ਨੇਗੇ ਉਹਨਾਂ ਚ ਅੰਨ ਦੀ ਪੈਦਾਵਾਰ ਹੋਣ ਲੱਗੀ ਕਣਕ ਦੀ ਚਾਵਲ ਦੀ ਪੈਦਾਵਾਰ ਹੋਣ ਲੱਗੀ ਤਾਂ ਹੁਣ ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਨਾਲ ਪੰਜਾਬ ਨਾਲ ਬਤਕਰਾ ਕਰ ਰਹੀ ਆ ਸੋ ਮੈਂ ਸਾਰੇ ਬੀਜੇਪੀ ਦੇ ਲੀਡਰਾਂ ਨੂੰ ਕੈਂਡੀਡੇਟ ਸਹਿਬਾਨ ਨੂੰ ਜਿਹੜਾ ਕਿ ਜੰਦਰ ਬਾਈ ਪੋਤ ਦੀ ਇਲੈਕਸ਼ਨ ਲੜ ਰਿਹਾ ਇਹ ਪੁੱਛਣਾ ਚਾਹੁੰਨਾਗਾ ਕਿ ਤੁਸੀਂ ਕੀ ਪੰਜਾਬ ਨੂੰ ਬਰਬਾਦ ਕਰ ਰਹੇ ਹੋਗੇ ਕੀ ਤੁਸੀਂ ਪੰਜਾਬ ਨੂੰ ਇਕਨੋਮੀ ਨੂੰ ਤਬਾਹ ਕਰਨਾ ਚਾਹੁੰਦੇ ਹੋਗੇ ਕਿ ਤੁਸੀਂ ਪੰਜਾਬ ਦੇ ਦੁਸ਼ਮਣ ਹੋਗੇ ਆਹ ਜਿਹੜੇ ਡਾਕੂਮੈਂਟ ਮੈਂ ਤੁਹਾਨੂੰ ਦਿਖਾਏ ਨੇਗੇ ਉਹ ਇਸ ਗੱਲ ਦਾ ਸਬੂਤ ਨੇਗੇ ਕਿ ਬੀਜੇਪੀ ਪੰਜਾਬ ਦੀ ਪੰਜਾਬੀਅਤ ਦੀ ਪੰਜਾਬ ਦੇ ਲੋਕਾਂ ਦੀ ਇੱਕ ਦੁਸ਼ਮਣ ਜਮਾਤ ਆ ਸਲੋਕ ਬੀਜੇਪੀ ਨੂੰ ਮੂੰਹ ਨਹੀਂ ਲਾਉਣਗੇ ਔਰ ਬੀਜੇਪੀ ਨੂੰ ਜਿਹੜਾ ਹੈਗਾ ਹੁਕਮਾਂ ਜਵਾਬ ਵੀ ਦੇਣਗੇ ਧੰਨਵਾਦ ਸ੍ਰੀ ਸਾਹਿਬ ਜੋ ਇੱਕ ਤਰੀਕ ਦੀ મોદી ਸਰਕਾਰ ਲੈ ਕੇ ਆਈ ਸੀ ਤੇ ਸਪਸ਼ਟ ਤੌਰ ਤੇ केजरीवाल ਸਾਹਿਬ ਨੇ ਸਭ ਤੋਂ ਪਹਿਲਾਂ ਦਿੱਲੀ ਇੰਪਲੀਮੈਂਟ ਕੀਤੀ ਸੀ ਬਿਲਕੁਲ ਗਲਤ ਤੁਹਾਡਾ ਸਵਾਲ ਹੈ ਜੀ ਕੋਈ ਲਾਗੂ ਨਹੀਂ ਹੋਏ ਸੀ ਕਿ ਬਲਕਿ ਉਹਨਾਂ ਦੀਆਂ ਕਾਪੀਆਂ ਵਿਧਾਨ ਸਭਾ ਦੇ ਅੰਦਰ ਸਾੜੀਆਂ ਗਈਆਂ ਸੀ ਪਾੜੀਆਂ ਗਈਆਂ ਸੀਗੀਆਂ ਔਰ ਰੱਦ ਕੀਤਾ ਗਿਆ ਸੀ ਔਰ ਪੰਜਾਬ ਆਮ ਆਦਮੀ ਪਾਰਟੀ ਦਾ ਪੰਜਾਬ ਯੂਨਿਟ ਔਰ ਦਿੱਲੀ ਦਾ ਯੂਨਿਟ ਡਟ ਕੇ ਦੇਸ਼ ਦੇ ਕਿਸਾਨਾਂ ਨਾਲ ਖੜਾ ਸੀਗਾ ਬਹੁਤ ਸਾਰੇ ਤੁਹਾਡੇ ਮਿੱਤਰ ਗਵਾਹ ਹੋਣਗੇ ਕਿ ਵਾਈਫਾਈ ਲਾ ਕੇ ਦੇਣਾ ਕਿਸਾਨ ਦੇ ਰਹਿਣ ਦਾ ਪ੍ਰਬੰਧ ਕਰਕੇ ਦੇਣਾ ਕਿਸਾਨ ਨੂੰ ਜਿਹੜਾ ਵੀ ਸਾਡੀ ਜਿੰਨੇ ਸਾਡੀ ਸ਼ਮਤਾ ਸੀਗੀ ਜਿੰਨੇ ਸਾਡਾ ਅਸੀਂ ਦਮ ਭਰਦੇ ਸੀਗੇ ਓਨੀ ਕ ਅਸੀਂ ਮਦਦ ਉਸ ਸੰਘਰਸ਼ ਦੇ ਦੌਰਾਨ ਕਿਸਾਨ ਦੀ ਕੀਤੀ ਸੀਗੀ ਇਹ ਉਹਨਾਂ ਦਾ ਨਿੱਜੀ ਹੋਊਗਾ ਜੀ ਮੈਂ ਇਹ ਨਹੀਂ ਕਹਿੰਦਾ ਉਹ ਤਾਂ ਪਹਿਲਾਂ ਲੈਕਚਰ ਵੀ ਲੜੀ ਸੀ ਉਹਨਾਂ 'ਚੋਂ ਪਰ ਲੇਕਿਨ ਉਹ ਮੈਂ ਸਮਝਦਾ ਉਹ ਸੰਘਰਸ਼ ਪੰਜਾਬ ਦਾ ਸੀ ਪੰਜਾਬੀਆਂ ਦਾ ਸੀਗਾ ਲੀਡ ਬੇਸ਼ੱਕ ਉਹਨੂੰ ਕਿਸੇ ਨੇ ਵੀ ਕੀਤਾ ਕਿਸੇ ਵੀ ਜਥੇਬੰਦੀ ਨੇ ਕੀਤਾ ਪਰ ਉਹ ਪੰਜਾਬ ਦਾ ਸੰਘਰਸ਼ ਸੀਗਾ ਔਰ ਦੇਸ਼ ਦੇ ਕਿਸਾਨ ਦਾ ਸੰਘਰਸ਼ ਸੀਗਾ ਹੁਣ ਅਜਿਹਾ ਕਿਹੜਾ ਛੱਟ ਪੰਕੜ ਆਇਆਗਾ ਫਿਲਹਾਲ ਕਿੰਨਾ ਤੇ ਕੰਮ ਰੁਕੀ ਹੋਈ ਸੀ ਉਹਨਾਂ ਨੂੰ ਚਲਾਉਣ ਦੇ ਲਈ ਕੋਈ ਸਬਸਟੀਟਿਊਟ ਸੀ ਲੱਗੇਗਾ ਕਿਤਰਾ ਕੇਂਦਰ ਦੇ ਨਾਲ ਕਿਸ ਤਰੀਕੇ ਦੇ ਨਾਲ ਉਹ ਇਸ ਮਾਮਲੇ ਨੂੰ ਨਿਪਟਾਇਆ ਜਾਏਗਾ ਬਿਲਕੁਲ ਜੀ ਪਿੰਡਾਂ ਦੇ ਵਿਕਾਸ ਦੇ ਵਿੱਚ ਕੋਈ ਵੀ ਕਮੀ ਨਹੀਂ ਆਉਣ ਦੇਵਾਂਗੇ ਪਿੰਡਾਂ ਦੇ ਵਿਕਾਸ ਨੂੰ ਕਰਾਉਣਾ ਸਾਡੀ ਪ੍ਰਾਇੋਰਟੀ ਆ ਸਾਡੀ ਜ਼ਿੰਮੇਵਾਰੀ ਆ ਉਹ ਜ਼ਿੰਮੇਵਾਰੀ ਨਿਭਾਵਾਂਗੇ ਉਹਦੇ ਲਈ ਪੈਸੇ ਦਾ ਅਸੀਂ ਪ੍ਰਬੰਧ ਕਰਾਂਗੇ ਇਮਾਨਦਾਰੀ ਨਾਲ ਕਹਿੰਦੇ ਆ ਕਿ ਪੰਜਾਬ ਦੇ ਵਿਕਾਸ ਨੂੰ ਨਹੀਂ ਨਹੀਂ ਰੋਕਣ ਦੇਵਾਂ ਰੁਕਣ ਦੇਵਾਂਗੇ ਔਰ ਦੂਜੇ ਪਾਸੇ ਪੰਜਾਬ ਦੇ ਕਿਸਾਨ ਦੀਆਂ ਮੰਡੀਆਂ ਨੂੰ ਤਬਾਹ ਕਰਨ ਦਾ ਯਤਨ ਇਹ ਜਿਹੜਾ ਆਰਡਰ ਆ ਗਿਆ ਪੰਜਾਬ ਦੀਆਂ ਮੰਡੀਆਂ ਨੂੰ ਤਬਾਹ ਕਰਨ ਦਾ ਬੀਜੇਪੀ ਦਾ ਯਤਨ ਆ ਦੇਖੋ ਦੇਖੋ ਪੱਕਾ ਦੀ ਪਹਿਲਾਂ ਉਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜਾ ਮਿਸਜੂਜ਼ ਹਾਲਾਂਕਿ ਇਹ ਮਿਸਜੂਜ਼ ਉਹਨਾਂ ਨੇ ਕੀਤਾ ਸੀਗਾ ਦਰਬਰਤੋਂ ਇਸ ਪੈਸੇ ਦੀ ਕਿਹਨੇ ਕੀਤੀ ਸੀ ਬੀਜੇਪੀ ਦੀ ਸਰਕਾਰ ਨੇ ਕੀਤੀ ਸੀ ਜਦੋਂ ਪੰਜਾਬ ਦੇ ਅੰਦਰ ਸੀਗੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਨੇ ਦਰਬਰਤੋਂ ਕੀਤੀ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਦਰਬਰਤੋਂ ਕੀਤੀ ਅਸੀਂ ਤਾਂ ਕਾਨੂੰਨ ਬਣਾ ਕੇ ਭੇਜਿਆ ਕਿ ਬਿਲਕੁਲ ਇਹ ਪੈਸਾ ਜਿਹੜਾ ਹੈਗਾ ਜਿਹੜਾ ਕਿਸਾਨ ਦੇ ਲਈ ਆ ਕਿਸਾਨ ਦੀ ਮੰਡੀਆਂ ਦੇ ਲਈ ਆ ਉਹ 100% ਖਰਚ ਕੀਤਾ ਜਾਵੇ ਅਸੀਂ ਇਹ ਕਾਨੂੰਨ ਬਣਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਸਬਮਿਟ ਕੀਤਾ ਹੁਣ ਦੂਜੀ ਸ਼ਰਤ ਲਾਤੀ 3 ਤੋਂ 2 ਕਰ ਦੋ ਜੀ 2 ਤੋਂ 1 ਕਰ ਦੋ ਜੀ ਹਟਾ ਦੋ ਸੋ ਇਹ ਲੋਕ ਵਿਰੋਧੀ ਚਿਹਰਾ ਹੈਗਾ ਉਹਨਾਂ ਨੂੰ ਖੜਨਾ ਚਾਹੀਦਾ ਸੀਗਾ ਜਿਹੜੀ ਉਹਨਾਂ ਨੇ ਪਹਿਲੀ ਸ਼ਰਤ ਲਾਈ ਸੀ ਅਸੀਂ ਉਹ ਪੂਰੀ ਕੀਤੀ ਆ ਅਸੀਂ ਉਹ ਸ਼ਰਤ ਪੂਰੀ ਕੀਤੀ ਸੀਗੀ ਸੋ ਇਹ ਲੋਕ ਵਿਰੋਧੀ ਚਿਹਰਾ ਹੈਗਾ ਪਰ ਲੇਕਿਨ ਅਸੀਂ ਆਵਾ ਵੀ ਪਾਰਟੀ ਜਿਹੜੀ ਆ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਠੋਕ ਕੇ ਪੰਜਾਬ ਦੇ ਕਿਸਾਨਾਂ ਨਾ ਖੜਾਉਂਦੇ ਪੰਜਾਬ ਦੇ ਬਣ ਕੇ ਸੈਂਟਰ ਕੋਰਸ ਲੈਣ ਵਾਸਤੇ ਭਗਵੰਤ ਮਾਨ ਜੀ ਗਹਿਣਤਾਲੇ ਨੂੰ ਮੇਰੇ ਸੀ ਕੀ ਆ ਗਿਆ ਹਥਿਆਰ ਵਾਸਤੇ ਆ ਆਰਡੀਐਫ ਲੈ ਕੇ ਆਉਣ ਲਈ ਪਹਿਲਾਂ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੋ ਵਾਰ ਮਿਲ ਚੁੱਕੇ ਹੈ ਲੈਟਰ ਵੀ ਜਾ ਚੁੱਕਿਆ ਹੈਗਾ ਔਰ ਜਿਹੜਾ ਐਕਟ ਆ ਸੀ ਉਹ ਵੀ ਪਾਸ ਕੀਤਾ ਗਿਆ ਬਿਲਕੁਲ ਹਜੇ ਅਸੀਂ ਉਹਨਾਂ ਨਾਲ ਸਾਡੀ ਜਿਹੜੀ ਅਸੀਂ ਗੱਲਬਾਤ ਕਰਾਂਗੇ ਜੇਕਰ ਨਹੀਂ ਮੰਨਣਗੇ ਤਾਂ ਸੰਘਰਸ਼ ਜਿਹੜਾ ਹੈਗਾ ਸੜਕ ਤੋਂ ਲੈ ਕੇ ਸੰਸਦ ਤੱਕ ਸ਼ੁਰੂ ਕੀਤਾ ਜਾਊਗਾ ਦੇਖੋ ਸਾਰਾ ਪੈਸਾ ਜਿਹੜਾ ਕਰਤਾਰਨੀ ਤੋਂ ਬਾਅਦ ਜਾ ਰਿਹਾ ਹੈਗਾ ਜੀ ਉਹਦੀ ਡਿਟੇਲ ਮੇਰੇ ਕੋਲੇ ਨਹੀਂ ਹੈਗੀ ਹਰ ਚੀਜ਼ ਦੀ ਹਰ ਡਿਲੇ ਤੁਹਾਨੂੰ ਅਲੱਗ ਤੋਂ ਮੈਂ ਡਿਟੇਲ ਦੇ ਦੂੰਗਾ ਡिटेल ਹੈ ਜੀ ਪਰ ਲੇਕਿਨ ਸਾਰੇ ਕਿਸਾਨਾਂ ਦਾ ਜਿਹੜਾ ਮੁਆਵਜ਼ਾ ਹੋ ਜਾ ਰਿਹਾ ਹੈ थैंक यू ਜੀ